ਵਿਧਾਨਸਭਾ ਚੋਣਾਂ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੇ ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ 'ਚ ਪ੍ਰਚਾਰ ਕੀਤਾ। ਸੁਖਬੀਰ ਸਿੰਘ ਬਾਦਲ ਨੇ ਸੁਖਦੇਵ ਢੀਂਡਸਾ ਤੇ ਕਈ ਸਿਆਸੀ ਵਾਰ ਕੀਤੇ। ਚੰਨੀ ਦਾ ਮਾਡਲ ਤਾਂ ਮੈਂ ਸਮਝਦਾ ਪੰਜਾਬ ਨੂੰ ਲੈ ਡੁੱਬੇਗਾ। ਚੰਨੀ ਦਾ ਮਾਡਲ ਤਾਂ ਰੇਤ ਮਾਫੀਆ ਦਾ ਮਾਡਲ ਆ। ਚੰਨੀ ਦਾ ਮਾਡਲ ਤਾਂ ਜੋ ਮੈਂ ਕਹਿੰਦਾ ਪੰਜਾਬ ਦੇ ਲੋਕ ਜੇ ਚੰਨੀ ਦੇ ਮਾਡਲ ਨੂੰ ਅਡਾਪਟ ਕਰਨਗੇ ਤਾਂ ਪੰਜਾਬ ਤਬਾਹ ਹੋ ਜਾਏਗਾ। ਜਿਹੜੇ ਅੱਜ ਚੰਨੀ ਦੇ ਮੁੱਖ ਮੰਤਰੀ 111 ਦਿਨਾਂ ਦੇ ਕਾਰਨਾਮੇ ਸਾਹਮਣੇ ਆਏ ਨੇ, ਉਹ ਸੁਣ ਕੇ ਤਾਂ ਮੈਂ ਸਮਝਦਾ ਲੋਕ ਸ਼ਰਮਸਾਰ ਹੋ ਰਹੇ ਨੇ। ਅੱਜ ਪੰਜ ਹਿੱਸਿਆਂ 'ਚ ਵੰਡੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਇੱਕ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ BSP ਆ ਗਈ, ਇਸ ਲਈ ਸਰਕਾਰ ਬਣਨੀ 100% ਯਕੀਨੀ ਆ। ਵੈਸੇ ਵੀ ਅੱਜ ਜਿਹੜੀ ਲੜਾਈ ਆ ਪੰਜਾਬ ਵਰਸਸ ਬਾਹਰੀ ਪੰਜਾਬ ਆ, ਪੰਜਾਬ ਦੇ ਲੋਕ ਪੰਜਾਬੀਆਂ ਨੂੰ ਪਸੰਦ ਕਰਨਗੇ, ਬਾਹਰਲਿਆਂ ਨੂੰ ਨਹੀਂ ਕਰਨਗੇ। 11 ਨੂੰ ਪੰਜਾਬ ਨੇ ਕਦੇ ਮੂੰਹ ਨਹੀਂ ਲਾਇਆ, ਇਹ ਪੰਜਾਬ ਦਾ ਇਤਿਹਾਸ ਆ।